ਪ੍ਰਭੂ ਦਾ ਸੁਸਮਾਚਾਰ ਸੁਣਾਉਂਦੇ ਜਾਇਆ ਕਰੋ। ਹਾਲੇਲੂਇਆ। ਪਤਾ ਨਹੀਂ ਦੁਨੀਆ ਕਿੰਨੀ ਕੁ ਔਖੀ, ਆਪਾਂ ਇੱਕ ਰੂਹ ਬਚਾਵਾਂਗੇ ਉਹ ਗਾਂਹ ਦੱਸਣਗੇ, ਗਾਂਹ ਦੀ ਗਾਂਹ ਰੂਹਾਂ ਬਚ ਜਾਣਗੇ। ਜੇ ਆਪਾਂ ਕਹੀਏ ਮੇਰੇ ਕੋਲ ਹੋਵੇ, ਕਿਸੇ ਨੂੰ ਮੈਂ ਗਾਂਹ ਦੱਸਾਂ ਹੀ ਨਾ, ਕਿਸੇ ਨੂੰ ਪਤਾ ਨਾ ਲੱਗ ਜੇ, ਜੇ ਪਤਾ ਲੱਗ ਗਿਆ ਸਾਡੇ ਆਂਢੀ ਗੁਆਂਢੀ ਗੁੱਸੇ ਨਾ ਹੋ ਜਾਣ, ਜੇ ਹੁੰਦੇ ਆ ਤਾਂ ਹੋ ਲੈਣ ਦਿਓ, ਜਾਂ ਤਾਂ ਫਿਰ ਆਂਢੀਆਂ ਗੁਆਂਢੀਆਂ ਤੋਂ ਡਰ ਜਾਓ, ਜਾਂ ਰਿਸ਼ਤੇਦਾਰਾਂ ਤੋਂ ਡਰੋ, ਅਤੇ ਜਾਂ ਫਿਰ ਪ੍ਰਭੂ ਤੋਂ ਡਰੋ। ਹਾਲੇਲੂਇਆ। ਇਹ ਫੈਸਲਾ ਤੁਸੀਂ ਕਰਨਾ ਵੈ, ਖੁੱਲ੍ਹ ਕੇ ਦੱਸਿਆ ਕਰੋ ਪਰਮੇਸ਼ੁਰ ਦਾ ਕੰਮ। ਸਮਤ ਰੂਹਾਂ ਬਚਾਉਣੀਆਂ ਆਪਾਂ ਤਾਂ ਦੱਸਿਆ ਕਰੋ, ਸਾਡੇ ਪ੍ਰਭੂ ਯਿਸੂ ਦੇ ਘਰ 'ਚ ਬਹੁਤ ਵੱਡੇ ਵੱਡੇ ਕੰਮ ਹੁੰਦੇ ਆ। ਹਾਲੇਲੂਇਆ। ਉਹ ਕਹਿੰਦਾ ਜੇ ਤੁਸੀਂ ਮੇਰਾ ਇਨਕਾਰ ਕਰੋਗੇ ਫਿਰ ਮੈਂ ਵੀ ਨਹੀਂ ਤੁਹਾਨੂੰ ਸਿਆਣਾ, ਤੁਸੀਂ ਕਹੋਗੇ ਪ੍ਰਭੂ ਪ੍ਰਭੂ ਮੈਂ ਕਹੂੰ ਮੈਂ ਤੁਹਾਨੂੰ ਨਹੀਂ ਸਿਆਣਦਾ। ਹਾਲੇਲੂਇਆ। ਇਸ ਕਰਕੇ ਆਪਾਂ ਜੋ ਪ੍ਰਭੂ ਦੇ ਵਚਨ ਦੱਸਿਆ ਕਰੋ, ਹਰੇਕ ਨਾਲ ਸਾਂਝੇ ਕਰਿਆ ਕਰੋ, ਫੋਨ 'ਤੇ ਹੋਰ ਗੱਲਾਂ ਘੱਟ ਕਰਿਆ ਕਰੋ, ਪਰਮੇਸ਼ੁਰ ਦੀਆਂ ਗਵਾਹੀਆਂ ਦੱਸਿਆ ਕਰੋ। ਹਾਲੇਲੂਇਆ। ਹਾਲੇਲੂਇਆ। ਪਰ ਦੱਸ ਕੇ ਆਇਆ ਕਰੋ, ਆਂਢੀਆਂ ਗੁਆਂਢੀਆਂ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ, ਪ੍ਰਭੂ ਨੂੰ ਮੰਨਦੇ ਆ। ਹਾਲੇ ਡਰਨਾ ਨਹੀਂ ਆਪਾਂ ਕਿਸੇ ਤੋਂ ਵੀ, ਜੇ ਸੱਚਮੁੱਚ ਆਪਾਂ ਨੂੰ ਪ੍ਰਭੂ ਨੇ ਚੁਣਿਆ, ਡਰਨਾ ਕਿਹੜੀ ਗੱਲ ਦਾ, ਡਰੋ ਕੀ ਤੋਂ ਡਰਨਾ ਮੈਂ, ਪਰਮੇਸ਼ੁਰ ਤੋਂ ਡਰੋ। ਜਦੋਂ ਉਹਦਾ ਗੁੱਸਾ ਆ ਗਿਆ ਫਿਰ ਆਪਾਂ ਕੀ ਕਰਾਂਗੇ, ਉਦੋਂ ਕਿਸੇ ਨੇ ਨਹੀਂ ਬਚਾਉਣਾ ਗਾ। ਹਾਲੇਲੂਇਆ। ਤੋ ਸਾਮਰੀ ਔਰਤ ਨੇ ਜਿਹਨੂੰ ਕੋਈ ਨਹੀਂ ਸੀ ਪੁੱਛਦਾ, ਆਪਾਂ ਕਹਿੰਦੇ ਨਾ ਫਲਾਨਾ ਮਾੜਾ ਧਮਕਾ ਮਾੜਾ, ਪ੍ਰਭੂ ਉਹਨਾਂ ਲਈ ਹੋਈ ਆਇਆ, ਉਹਨਾਂ ਨੂੰ ਚੱਕਣ ਵਾਸਤੇ, ਉਹਨਾਂ ਨੂੰ ਸਿੱਧੇ ਰਾਹ ਪਾਉਣ ਲਈ ਹੋਈ ਆਇਆ। ਹਾਲੇਲੂਇਆ। ਸਾਮਰੀ ਔਰਤ ਨੇ ਸਾਰੇ ਪਿੰਡ ਜਨ ਜਾ ਕੇ ਖਬਰ ਦੱਸੀ, ਸਾਰਾ ਪਿੰਡ ਉਹਦੇ ਮਗਰ ਆ ਗਿਆ, ਸਾਰੇ ਪ੍ਰਭੂ ਯਿਸੂ ਨੂੰ ਕਬੂਲ ਕੀਤਾ ਕਿ। ਹਾਲੇਲੂਇਆ। ਇਸ ਤਰ੍ਹਾਂ ਕੀ ਮਿਸ਼ਨ ਜਿਹੜਾ ਆਪਾਂ ਵੀ ਕਰਦੇ ਹਾਂ, ਉਹ ਪਤਾ ਨਹੀਂ ਕਿਹਦੇ ਕਿਹਨੇ ਕਿਹਦੇ ਕਿਹਦੀ ਕਿਹੜੀ ਰੂਹ ਬਚਾ ਦੇਣੀ, ਜਦੋਂ ਆਪਾਂ ਨਸ਼ੇ ਦੀ ਕਿਸੇ ਨੂੰ ਇੱਕ ਗਵਾਹੀ ਦੱਸਦੇ ਹਾਂ, ਪਤਾ ਨਹੀਂ ਕਿਹਦੀਆਂ ਕਿਹਦੀਆਂ ਜ਼ਿੰਦਗੀਆਂ ਸੁਧਰ ਜਾਣੀਆਂ। ਹਾਲੇਲੂਇਆ। ਦੱਸਿਆ ਕਰੋ, ਲਕੋਇਆ ਨਾ ਕਰੋ, ਕਿਤੇ ਵੀ ਜਾਂਦੇ ਹਾਂ, ਬੱਸ 'ਤੇ ਜਾਂਦੇ ਹਾਂ, ਕਿਤੇ ਤੁਰ ਕੇ ਸਫ਼ਰ ਕਰਦੇ ਹਾਂ, ਪ੍ਰਭੂ ਦਾ ਸੁਸਮਾਚਾਰ ਸੁਣਾਉਂਦੇ ਜਾਇਆ ਕਰੋ। ਹਾਲੇਲੂਇਆ। ਪਤਾ ਨਹੀਂ ਦੁਨੀਆ ਕਿੰਨੀ ਕੁ ਔਖੀ, ਆਪਾਂ ਇੱਕ ਰੂਹ ਬਚਾਵਾਂਗੇ ਉਹ ਗਾਂਹ ਦੱਸਣਗੇ, ਗਾਂਹ ਦੀ ਗਾਂਹ ਰੂਹਾਂ ਬਚ ਜਾਣਗੇ। ਜੇ ਆਪਾਂ ਕਹੀਏ ਮੇਰੇ ਕੋਲ ਹੋਵੇ, ਕਿਸੇ ਨੂੰ ਮੈਂ ਗਾਂਹ ਦੱਸਾਂ ਹੀ ਨਾ, ਕਿਸੇ ਨੂੰ ਪਤਾ ਨਾ ਲੱਗ ਜੇ, ਜੇ ਪਤਾ ਲੱਗ ਗਿਆ ਸਾਡੇ ਆਂਢੀ ਗੁਆਂਢੀ ਗੁੱਸੇ ਨਾ ਹੋ ਜਾਣ, ਜੇ ਹੁੰਦੇ ਆ ਤਾਂ ਹੋ ਲੈਣ ਦਿਓ, ਜਾਂ ਤਾਂ ਫਿਰ ਆਂਢੀਆਂ ਗੁਆਂਢੀਆਂ ਤੋਂ ਡਰ ਜਾਓ, ਜਾਂ ਰਿਸ਼ਤੇਦਾਰਾਂ ਤੋਂ ਡਰੋ, ਅਤੇ ਜਾਂ ਫਿਰ ਪ੍ਰਭੂ ਤੋਂ ਡਰੋ। ਹਾਲੇਲੂਇਆ। ਇਹ ਫੈਸਲਾ ਤੁਸੀਂ ਕਰਨਾ ਵੈ, ਖੁੱਲ੍ਹ ਕੇ ਦੱਸਿਆ ਕਰੋ ਪਰਮੇਸ਼ੁਰ ਦਾ ਕੰਮ। ਸਮਤ ਰੂਹਾਂ ਬਚਾਉਣੀਆਂ ਆਪਾਂ ਤਾਂ ਦੱਸਿਆ ਕਰੋ, ਸਾਡੇ ਪ੍ਰਭੂ ਯਿਸੂ ਦੇ ਘਰ 'ਚ ਬਹੁਤ ਵੱਡੇ ਵੱਡੇ ਕੰਮ ਹੁੰਦੇ ਆ। ਹਾਲੇਲੂਇਆ। ਉਹ ਕਹਿੰਦਾ ਜੇ ਤੁਸੀਂ ਮੇਰਾ ਇਨਕਾਰ ਕਰੋਗੇ ਫਿਰ ਮੈਂ ਵੀ ਨਹੀਂ ਤੁਹਾਨੂੰ ਸਿਆਣਾ, ਤੁਸੀਂ ਕਹੋਗੇ ਪ੍ਰਭੂ ਪ੍ਰਭੂ ਮੈਂ ਕਹੂੰ ਮੈਂ ਤੁਹਾਨੂੰ ਨਹੀਂ ਸਿਆਣਦਾ। ਹਾਲੇਲੂਇਆ। ਇਸ ਕਰਕੇ ਆਪਾਂ ਜੋ ਪ੍ਰਭੂ ਦੇ ਵਚਨ ਦੱਸਿਆ ਕਰੋ, ਹਰੇਕ ਨਾਲ ਸਾਂਝੇ ਕਰਿਆ ਕਰੋ, ਫੋਨ 'ਤੇ ਹੋਰ ਗੱਲਾਂ ਘੱਟ ਕਰਿਆ ਕਰੋ, ਪਰਮੇਸ਼ੁਰ ਦੀਆਂ ਗਵਾਹੀਆਂ ਦੱਸਿਆ ਕਰੋ। ਹਾਲੇਲੂਇਆ। ਹਾਲੇਲੂਇਆ। ਦੱਸ ਕੇ ਆਇਆ ਕਰੋ, ਆਂਢੀਆਂ ਗੁਆਂਢੀਆਂ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ, ਪ੍ਰਭੂ ਨੂੰ ਮੰਨਦੇ ਆ। ਹਾਲੇ ਡਰਨਾ ਨਹੀਂ ਆਪਾਂ ਕਿਸੇ ਤੋਂ ਵੀ, ਜੇ ਸੱਚਮੁੱਚ ਆਪਾਂ ਨੂੰ ਪ੍ਰਭੂ ਨੇ ਚੁਣਿਆ, ਡਰਨਾ ਕਿਹੜੀ ਗੱਲ ਦਾ, ਡਰੋ ਕੀ ਤੋਂ ਡਰਨਾ ਮੈਂ, ਪਰਮੇਸ਼ੁਰ ਤੋਂ ਡਰੋ। ਜਦੋਂ ਉਹਦਾ ਗੁੱਸਾ ਆ ਗਿਆ ਫਿਰ ਆਪਾਂ ਕੀ ਕਰਾਂਗੇ, ਉਦੋਂ ਕਿਸੇ ਨੇ ਨਹੀਂ ਬਚਾਉਣਾ ਗਾ। ਹਾਲੇਲੂਇਆ। ਹਾਲੇਲੂਇਆ। ਇਸ ਤਰ੍ਹਾਂ ਕਰਕੇ ਪਰਮੇਸ਼ੁਰ ਦਾ ਵਿਚਾਰ, ਪਰਮੇਸ਼ੁਰ ਦਾ ਪ੍ਰਚਾਰ ਕਰਦਿਆਂ ਹੀ ਆਪਾਂ ਰਹਿਣਾ, ਜਿਹੜਾ ਗਾਂਹ ਵਾਲਾ ਹਿੱਸਾ ਤੁਹਾਨੂੰ ਗਾਂਹ ਸੁਣਾਉਂਗੇ। ਹਾਲੇਲੂਇਆ।